ਸਿਕਾ ਲਈ ਜੀ ਸਾਰਿਆਂ ਨੂੰ ਆ ਹਨੋਈ ਦੀ ਆ ਜੀ ਫੂਡ ਸਟ੍ਰੀਟ ਦਾ ਬਹੁਤ ਸਾਈਡ ਬਹੁਤ ਸਾਰੇ ਰੈਸਟੋਰੈਂਟ ਨੇ ਵੈਜ ਨੌਨ ਵੈਜ ਮੋਸਟਲੀ ਵੈਜ ਸੀ ਫੂਡ ਵੈਜ ਦਾ ਤਾਂ ਕੰਮ ਔਖਾ ਹੀ ਹੈ ਇੱਥੇ ਵੈਸੇ ਹੋਰ ਜੋ ਮਰਜ਼ੀ ਕਹਿ ਲਓ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਰੈਸਟੋਰੈਂਟ ਹੀ ਰੈਸਟੋਰੈਂਟ ਨੇ ਅਤੇ ਪੀਪਲ ਇੱਦਾਂ ਬਾਹਰ ਬਹਿ ਕੇ ਜਾ ਖਾ ਕੇ ਬਾਹਰ ਬਹਿ ਕੇ ਖਾਣਾ ਪਸੰਦ ਕਰਦੇ ਨੇ ਅਤੇ ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਬਾਰਿਸ਼ ਹੋ ਕੇ ਹਟੀ ਆ ਤੁਸੀਂ ਦੇਖ ਸਕਦੇ ਹੋ ਰੋਡ ਗਿੱਲੇ ਪਏ ਨੇ ਹਾਲੇ ਵੀ ਥੋੜ੍ਹੇ ਟਾਈਮ ਪਹਿਲਾਂ ਹੀ ਇੱਥੇ ਬਾਰਿਸ਼ ਹੋਈ ਹੈ ਸੀ ਫੂਡ ਹੀ ਜ਼ਿਆਦਾਤਰ ਇੱਥੇ ਮਿਲਣਾ ਬਾਕੀ ਦਾ ਕੰਮ ਔਖਾ ਹੀ ਹੈ ਵੈਜ ਦਾ ਕੰਮ ਔਖਾ ਜੀ ਆਹ ਬੰਦਾ ਉੱਪਰਲੀ ਤੰਦੂਰ ਲਾ ਕੇ ਬੈਠਾ ਯਾ ਆਫਕੋਰਸ ਵਾਈ ਨਾਟ ਹੈਗੀ ਆ ਫੂਡ ਸਟ੍ਰੀਟ ਇੱਥੇ ਕ੍ਰੋਸ ਬੰਦਾ ਲੈਫਟ ਰਾਈਟ ਵੀ ਦੋਨੇ ਪਾਸੇ ਰੈਸਟੋਰੈਂਟ ਨੇ ਅੱਗੇ ਜਾ ਕੇ ਰੋਡ ਡਿਵਾਈਡ ਹੋ ਜਾਂਦੀ ਆ ਆਹ ਬੜਾ ਵਧੀਆ ਇੱਕ ਕੈਫੇ ਹੈ ਹਨੋਈ ਕੋਰਨਰ ਬਾਰ ਰੈਸਟੋਰੈਂਟ ਕਾਫੀ ਆਹ ਇੱਥੇ ਇੱਦਾਂ ਪਾਰਕਿੰਗ ਹੁੰਦੀ ਆ ਜੀ ਆਹ ਵੀ ਕੋਈ ਕੈਫੇ ਕੁਫੇ ਆ ਅਤੇ ਹੈ ਇੱਧਰ ਜੇ ਆਪਾਂ ਆਹ ਬੜਾ ਸੋਹਣਾ ਇੱਕ ਉਹ ਹੈ ਜੀ ਬਾਹਰ ਅਤੇ ਕੈਫੇ ਕੌਫੀ ਵੀ ਮਿਲਦੀ ਹੈ ਜੀ ਆਹ ਇੱਦਾਂ ਦੁਕਾਨਾਂ ਲੈ ਕੇ ਸਿਗਟਾਂ ਸੁਗਟਾਂ ਮਿਲ ਜਾਂਦੀਆਂ ਜੀ ਇੱਥੇ ਜਿਵੇਂ ਵੀ ਪੀਣੀ ਹੋਵੇ ਆਹ ਅਤੇ ਕੱਲ੍ਹ ਅਸੀਂ ਆਹ ਰੈਸਟੋਰੈਂਟ 'ਤੇ ਡਿਨਰ ਕੀਤਾ ਸੀਗਾ ਆਏ ਤੇਰੇ ਸੁੱਟੇ ਹੁੱਕਾ ਪੀਂਦੀ ਵੀ ਸੀ ਕੁੜੀ ਹੁੱਕਾ ਹੁੱਕਾ ਤਾਂ ਇੱਥੇ ਨੋਰਮਲ ਆ ਸਿਗਰਟ ਕੁੜੀਆਂ ਪੀਂਦੀਆਂ ਇੱਥੇ ਬੜੀ ਨੋਰਮਲ ਗੱਲ ਆ ਸਿਗਰਟ ਬੀੜੀ ਸੋਰੀ ਸਿਗਰਟ ਸਿਗਰਟ ਹੁੱਕਾ ਇੱਥੇ ਬੜੀ ਨੋਰਮਲ ਜੀ ਗੱਲ ਆ ਕਿਸੇ ਦਾ ਵੀ ਪੀਣਾ ਖਾਲੀ ਪਏ ਨੇ ਜ਼ਿਆਦਾਤਰ ਰੈਸਟੋਰੈਂਟ ਹੁੰਦੇ ਨਹੀਂ ਹੈ ਪਰ ਸ਼ਨੀਵਾਰ ਐਤਵਾਰ ਕਰਕੇ ਨਾ ਲੋਕ ਆਪਣੀ ਲੋਕੇਸ਼ਨਾਂ ਚੇਂਜ ਕਰਕੇ ਨੇ ਕੁਛ ਵਾਪਸ ਚਲੇ ਗਏ ਨੇ ਵੀਕਐਂਡ ਕਰਕੇ ਕੁਛ ਸਾਪਾ ਵਗੈਰਾ ਜਾਂ ਹੋਰ ਹਾਈਲੋਂਬੇ ਜਾਂ ਜਿਹੜਾ ਬ੍ਰਿਜ ਹੈ ਗਲਾਸ ਬ੍ਰਿਜ ਉੱਧਰ ਵੱਲ ਮੂਵ ਕਰ ਗਏ ਨੇ ਉਹਦੇ ਕਰਕੇ ਰਸ਼ ਘੱਟ ਆ ਅਤੇ ਅਸੀਂ ਵੀ ਹੁਣ ਲੱਭਦੇ ਪਏ ਹਾਂ ਕੋਈ ਵਧੀਆ ਜਿਹੀ ਜਗ੍ਹਾ ਮਿਲ ਜਾਵੇ ਜਿੱਥੇ ਅਸੀਂ ਆਪਣਾ ਡਿਨਰ ਕਰ ਸਕੀਏ ਹਜੇ ਤੱਕ ਕੋਈ ਮੜਿਆ ਨਹੀਂ ਜੀ ਰੈਸਟੋਰੈਂਟ ਜਿੱਥੇ ਅਸੀਂ ਚੱਜ ਦਾ ਖਾਣਾ ਖਾ ਸਕੀਏ ਫਿਰ ਹੁਣ ਅਸੀਂ ਅੱਗੇ ਜਾ ਕੇ ਜਿਹੜਾ ਸਕੁਏਅਰ ਆ ਉੱਥੋਂ ਦੀ ਰਾਈਟ ਲੈਫਟ ਹੋਵਾਂਗੇ ਫਿਰ ਦੇਖਦੇ ਹਾਂ ਜੇ ਸਾਨੂੰ ਕੋਈ ਮਿਲ ਜਾਵੇ ਸਹੀ ਜਿਹਾ ਲੈਫਟ ਜਾ ਕੇ ਬੜਾ ਹੁਣ ਇੱਧਰੋਂ ਦੀ ਅਸੀਂ ਹੋਣਾ ਲੈਫਟ ਫਿਰ ਦੇਖਦੇ ਹਾਂ ਹੋਰ ਵੀ ਰੈਸਟੋਰੈਂਟ ਬਹੁਤ ਨੇ ਕਿਉਂਕਿ ਜਿਹੜੀ ਸਿਟੀ ਆ ਛੋਟੀ ਨਹੀਂ ਹੈਗੀ ਰੈਸਟੋਰੈਂਟ ਹੀ ਰੈਸਟੋਰੈਂਟ ਨੇ ਕਿਤੇ ਵੀ ਬਹਿ ਕੇ ਕੁਛ ਵੀ ਖਾ ਸਕਦੇ ਹਾਂ ਸੀ ਫੂਡ ਜ਼ਿਆਦਾ ਪ੍ਰੋਵਾਈਡ ਕਰਾਉਂਦੇ ਨੇ ਇਹ ਤਾਂ ਸਜਾਈ ਹੋਈ ਹੈ ਗਲੀ ਇੱਥੇ ਮਿਊਜ਼ਿਕ ਸਿਸਟਮ ਚੱਲਦਾ ਬਈ ਕੈਫੇ ਹੋਣਾ ਇੱਥੇ ਇਹ ਵੀ ਬੜਾ ਰਿਵਾਜ਼ ਹੈ ਤੁਸੀਂ ਜਿਹੜੇ ਕੈਫੇ 'ਤੇ ਜਾਓ ਜੇ ਤੁਹਾਨੂੰ ਗਾਣਾ ਗੁਣਾ ਗਡਾ ਗਡੂਰ ਵਜਾਉਣੀ ਆਉਂਦੀ ਤੁਸੀਂ ਵਜਾ ਵਜੂ ਗਾ ਪੂ ਕੇ ਆਪਣਾ ਇੰਜੋਇਮੈਂਟ ਕਰੋ ਕੋਈ ਰੌਲਾ ਰੱਪਾ ਹੀ ਨਹੀਂ ਇੱਥੇ ਆਹ ਗੁੱਡੀ ਬੀਅਰ ਕਿੱਥੇ ਮਿਲਦੀ ਹੈ ਅਤੇ ਇੰਡੀਅਨ ਰੈਸਟੋਰੈਂਟ ਵੀ ਬਹੁਤ ਨੇ ਔਲਰੇਡੀ ਦੋ ਰੈਸਟੋਰੈਂਟ 'ਤੇ ਤਾਂ ਮੈਂ ਵਿਜ਼ਿਟ ਕਰ ਚੁੱਕਾ ਹਾਂ ਔਲਰੇਡੀ ਬਟ ਮੈਂ ਖਾਣਾ ਚਾਹੁੰਦਾ ਵਧੀਆ ਜਿਹਾ ਵੀਅਤਨਾਮੀ ਫੂਡ ਅਤੇ ਹੁਣ ਅਸੀਂ ਦੇਖਦੇ ਹਾਂ ਸਾਨੂੰ ਕੁਛ ਮਿਲ ਜਾਵੇ ਆਹ ਕੈਫੇ ਆ ਕੋਈ ਹਾਂ ਕੈਫੇ ਦੇਖਦੇ ਹਾਂ ਇੱਥੇ ਸਾਨੂੰ ਕੀ ਮਿਲਦਾ